ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਤਹਿਤ ਅੱਜ ਦੀ ਸਲਾਈਡ ਵਿੱਚ ਤੁਹਾਡਾ ਸਵਾਗਤ ਹੈ। ਪਿਆਰੇ ਬੱਚਿਓ, ਅੱਜ ਮਿਤੀ ਹੈ 14 ਅਕਤੂਬਰ 2020 ਤੇ ਦਿਨ ਹੈ ਬੁੱਧਵਾਰ, ਵੈਂਸਡੇ। ਤਾਂ ਆਓ ਅੱਜ ਦੇ ਵਿਚਾਰ ਦੀ ਗੱਲ ਕਰਦੇ ਹਾਂ। ਅੱਜ ਦਾ ਵਿਚਾਰ ਹੈ, ਅਨੁਸ਼ਾਸਨ ਪਸੰਦ ਲੋਕ ਸਭ ਤੋਂ ਵੱਧ ਸੁਖੀ ਹੁੰਦੇ ਹਨ। ਪਿਆਰੇ ਬੱਚਿਓ, ਇਹ ਕਥਨ ਬਿਲਕੁਲ ਸੱਚ ਹੈ, ਕਿਉਂਕਿ ਅਨੁਸ਼ਾਸਨ ਪਸੰਦ ਲੋਕਾਂ ਨੂੰ ਸਮੇਂ ਦੀ ਕਦਰ ਬਾਰੇ ਪਤਾ ਹੈ ਅਤੇ ਉਹ ਹਮੇਸ਼ਾ ਹੀ ਆਪਣਾ ਹਰ ਕੰਮ ਸਮੇਂ 'ਤੇ ਕਰਦੇ ਹਨ, ਕਦੇ ਵੀ ਆਪਣੇ ਕਿਸੇ ਕੰਮ ਵਿੱਚ ਦੇਰ ਨਹੀਂ ਕਰਦੇ ਅਤੇ ਉਹ ਹਮੇਸ਼ਾ ਖੁਸ਼ ਰਹਿੰਦੇ ਹਨ, ਕਿਉਂਕਿ ਉਹ ਅਨੁਸ਼ਾਸਨ ਪਸੰਦ ਹੋਣ ਕਰਕੇ ਕਦੇ ਵੀ ਦੇਰੀ ਨਹੀਂ ਕਰਦੇ ਅਤੇ ਉਹਨਾਂ ਨੂੰ ਕਦੇ ਵੀ ਕਿਸੇ ਸਾਹਮਣੇ ਬਹਾਨਾ ਨਹੀਂ ਬਣਾਉਣਾ ਪੈਂਦਾ ਅਤੇ ਨਾ ਹੀ ਕਿਸੇ ਸਾਹਮਣੇ ਸ਼ਰਮਿੰਦਾ ਹੋਣਾ ਪੈਂਦਾ ਹੈ, ਕਿਉਂਕਿ ਅਨੁਸ਼ਾਸਨ ਪਸੰਦ ਲੋਕ ਸਭ ਤੋਂ ਵੱਧ ਸੁਖੀ ਹੁੰਦੇ ਹਨ। ਗਿਆਨ ਵਿਗਿਆਨ ਅੱਜ ਦਾ ਪਹਿਲਾ ਪ੍ਰਸ਼ਨ ਹੈ। ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਦਾ ਨਾਂ ਕੀ ਹੈ? ਤਾਂ ਪਿਆਰੇ ਬੱਚਿਓ, ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸੁਪਤਨੀ ਦਾ ਨਾਮ ਹੈ ਮਾਤਾ ਗੁਜਰੀ ਜੀ। ਅਗਲਾ ਪ੍ਰਸ਼ਨ, ਭਾਰਤ ਦਾ ਰਾਸ਼ਟਰੀ ਰੁੱਖ ਕਿਹੜਾ ਹੈ? ਪਿਆਰੇ ਬੱਚਿਓ, ਭਾਰਤ ਦਾ ਰਾਸ਼ਟਰੀ ਰੁੱਖ ਹੈ ਬੋਹੜ। ਅਗਲਾ ਪ੍ਰਸ਼ਨ, ਰਾਸ਼ਟਰੀ ਗਣਿਤ ਦਿਵਸ ਕਦੋਂ ਮਨਾਇਆ ਜਾਂਦਾ ਹੈ? ਪਿਆਰੇ ਬੱਚਿਓ, ਹਰ ਸਾਲ 22 ਦਸੰਬਰ ਨੂੰ ਰਾਸ਼ਟਰੀ ਗਣਿਤ ਦਿਵਸ ਮਨਾਇਆ ਜਾਂਦਾ ਹੈ। ਇਹ ਦਿਨ ਮਹਾਨ ਗਣਿਤ ਸ਼ਾਸਤਰੀ ਸ਼੍ਰੀ ਨਿਵਾਸ ਰਾਮਾਨੁਜਨ ਜੀ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ, ਕਿਉਂਕਿ ਉਹਨਾਂ ਦਾ ਜਨਮ 22 ਦਸੰਬਰ ਨੂੰ ਹੋਇਆ ਸੀ। ਅਗਲਾ ਪ੍ਰਸ਼ਨ, ਰੋਮਨ ਅੰਕ ਪ੍ਰਣਾਲੀ ਵਿੱਚ 66 ਕਿਵੇਂ ਲਿਖਿਆ ਜਾਂਦਾ ਹੈ? ਪਿਆਰੇ ਬੱਚਿਓ, ਅਸੀਂ ਲਿਖਦੇ ਹਾਂ LXVI, ਇਹ 66 ਬਣ ਜਾਂਦਾ ਹੈ। ਅੱਜ ਦਾ ਆਖਰੀ ਪ੍ਰਸ਼ਨ, ਕਿਹੜੀ ਗਿਆਨ ਇੰਦਰੀ ਸਾਡੀ ਸੁਣਨ ਵਿੱਚ ਮਦਦ ਕਰਦੀ ਹੈ? ਪਿਆਰੇ ਬੱਚਿਓ, ਸਾਡੀਆਂ 5 ਗਿਆਨ ਇੰਦਰੀਆਂ ਹਨ, ਇਹਨਾਂ ਵਿੱਚੋਂ ਕੰਨ ਜਿਹੜੇ ਨੇ ਉਹ ਸਾਡੇ ਸੁਣਨ ਵਿੱਚ ਮਦਦ ਕਰਦੇ ਨੇ। ਆਓ ਬੁੱਝੀਏ, 10 ਜਣੇ ਪਕਾਉਣ ਵਾਲੇ, 32 ਜਣੇ ਖਾਣ ਵਾਲੇ, ਝੰਡੋ ਕੁੜੀ ਸਮੇਟਣ ਵਾਲੀ, ਢੋਲ ਭਾਈ ਸਾਂਭਣ ਤੇ। ਤਾਂ ਪਿਆਰੇ ਬੱਚਿਓ, ਤੁਹਾਡੇ ਸਰੀਰ ਨਾਲ ਸੰਬੰਧਿਤ ਹੈ, ਤਾਂ ਇਹ ਹਨ ਸਾਡੀਆਂ ਉਂਗਲਾਂ, ਦੰਦ, ਜੀਭ ਅਤੇ ਪੇਟ। 10 ਜਣੇ ਪਕਾਉਣ ਵਾਲੇ ਸਾਡੀਆਂ ਉਂਗਲਾਂ, 32 ਜਣੇ ਖਾਣ ਵਾਲੇ ਸਾਡੇ ਦੰਦ, ਝੰਡੋ ਕੁੜੀ ਸਮੇਟਣ ਵਾਲੀ ਸਾਡੀ ਜੀਭ ਅਤੇ ਢੋਲ ਭਾਈ ਸਾਂਭਣ ਤੇ ਸਾਡਾ ਪੇਟ। ਤਾਂ ਇਸਦਾ ਉੱਤਰ ਹੈ ਉਂਗਲਾਂ, ਦੰਦ, ਜੀਭ ਅਤੇ ਪੇਟ। ਵਰਡਸ ਫੋਰ ਪ੍ਰੈਕਟਿਸ ਅੱਜ ਦੇ ਸ਼ਬਦ, ਪਹਿਲਾ ਹੈ NURSE, ਨਰਸ, ਦੂਜਾ ਹੈ DOCTOR, ਡਾਕਟਰ, ਤੀਜਾ ਹੈ TEACHER, ਟੀਚਰ, ਚੌਥਾ ਹੈ PILOT, ਪਾਇਲਟ, ਅਤੇ ਪੰਜਵਾਂ ਹੈ DRIVER, ਡਰਾਈਵਰ। ਪਿਆਰੇ ਬੱਚਿਓ, ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਪੈਸ 2020 ਦੀ ਤਿਆਰੀ ਹਿੱਤ ਆਪ ਜੀ ਨੂੰ ਅਭਿਆਸ ਸ਼ੀਟ ਨੰਬਰ 39 ਭੇਜੀ ਗਈ ਹੈ। ਇਸ ਨੂੰ ਧਿਆਨ ਨਾਲ ਕਰਨਾ ਹੈ, ਕੋਈ ਵੀ ਗਲਤੀ ਦੀ ਗੁੰਜਾਇਸ਼ ਨਹੀਂ ਛੱਡਣੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।